ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮਹਤਾਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਕੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਪਾਰਟੀ ਤੋਂ ਵਿਰੋਧੀ ਧਿਰ ਦਾ ਰੁਤਬਾ ਖੁੱਸ ਜਾਵੇਗਾ ਕੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਵੱਜੋਂ ਪ੍ਰਤਾਪ ਸਿੰਘ ਬਾਜਪਾ ਤੋਂ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਖੁੱਸ ਜਾਵੇਗਾ ਕੀ ਪੰਜਾਬ 'ਚ ਕਾਂਗਰਸ ਹੁਣ ਵਿਰੋਧੀ ਪਾਰਟੀ ਨਹੀਂ ਰਹੇਗੀ ਕੀ ਵਿਰੋਧੀ ਦਲ ਦੀ ਭੂਮਿਕਾ ਵਿੱਚ ਨਹੀਂ ਰਹੇਗੀ ਕਾਂਗਰਸ ਫਿਰ ਕੀ ਹੋਏਗਾ ਕੀ ਕਾਂਗਰਸ ਸੱਤਾ ਦਾ ਹਿੱਸਾ ਬਣਨ ਜਾ ਰਹੀ ਹੈ ਕੀ ਪੰਜਾਬ ਕਾਂਗਰਸ ਪੰਜਾਬ ਦੀ ਸਰਕਾਰ ਚ ਸ਼ਾਮਲ ਹੋਣ ਜਾ ਰਹੀ ਹੈ ਕੀ ਪੰਜਾਬ ਕਾਂਗਰਸ ਤੇ ਜਿੱਤੇ ਹੋਏ ਐਮ ਐਲ ਏ ਸਰਕਾਰ ਦੇ ਵਿੱਚ ਬਤੌਰ ਮੰਤਰੀ ਸ਼ਾਮਲ ਹੋਣ ਜਾ ਰਹੇ ਨੇ ਕੀ ਪ੍ਰਤਾਪ ਸਿੰਘ ਬਾਜਵਾ ਆਉਣ ਨਾਲ ਦਿਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੈबिनेट ਦੇ ਵਿੱਚ ਮੰਤਰੀ ਅਲਾ ਸਾਂਭਣ ਜਾ ਰਹੇ ਨੇ ਕਿਉਂ ਚੱਲੀਆਂ ਹੈ ਚਰਚਾ ਮੈਂ ਕਿਉਂ ਆਈ ਇਹ ਗੱਲ ਜੀ ਹਾਂ ਗੱਲ ਇੰਡੀਆ ਦੀ ਕਰਦੇ ਆਂ ਨਹੀਂ ਨਹੀਂ ਜਰਾ ਭਾਰਤ ਮੁਲਕ ਦੀ ਨਹੀਂ ਇੰਡੀਆ ਦੇ ਖਿਲਾਫ ਖੜੇ ਹੋਏ ਨਵੇਂ ਵਿਰੋਧੀ ਦਲ ਦੇ ਨਾਮਕ ਇੰਡੀਆ ਗਰੁੱਪ ਦੀ ਤੇ ਉਸ ਇੰਡੀਆ ਨਾਮ ਦੇ ਗਰੁੱਪ ਦੇ ਵਿੱਚ 26 ਦਲ ਨੇ ਤੇ ਉਹਨਾਂ 26 ਦਲਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਤੇ ਇਹ ਯੂਪੀਐਚ ਸ਼ਾਮਲ ਦਲ ਉਹਨਾਂ ਦੇ ਸਹਿਯੋਗੀ ਦਲ ਵੱਜੋਂ ਸਰਕਾਰਾਂ ਦੇ ਵਿੱਚ ਹੋ ਸਕਦੇ ਨੇ ਜਾਂ ਸੂਬਿਆਂ ਦੀਆਂ ਸਰਕਾਰਾਂ ਦਾ ਹਿੱਸਾ ਹੋ ਸਕਦੇ ਨੇ ਇਸ ਇਸ ਤਰ੍ਹਾਂ ਜਦੋਂ NDA ਸਰਕਾਰ ਆਉਂਦੀ ਆ ਤਾਂ NDA ਦੇ ਦਲ ਉਹਦਾ ਹਿੱਸਾ ਹੋ ਸਕਦੇ ਨੇ ਸੂਬਿਆਂ 'ਚ NDA ਦੀਆਂ ਸਰਕਾਰਾਂ ਕਿਤੇ ਸਹਿਯੋਗੀ ਦਲ ਹੋ ਸਕਦੇ ਨੇ ਤਾਂ ਫਿਰ ਭਾਈ ਇੰਡੀਆ ਦਾ ਜਿਹੜਾ ਗੱਠਜੋੜ ਹੋਇਆ ਹੁਣ ਜਿਹੜੇ 26 ਦਲ ਉਸ 'ਚ ਸ਼ਾਮਲ ਹੋਏ ਨੇ ਉਸ 'ਚ ਫਿਰ ਕਾਂਗਰਸ ਤੇ ਆਪ ਵੀ ਸ਼ਾਮਲ ਹੈ ਤਾਂ ਇਹਨਾਂ ਦਾ ਗੱਠਜੋੜ ਹੈ ਇਹਦਾ ਹੁਣ ਦਿੱਲੀ ਦੇ ਵਿੱਚ ਵੀ ਕਾਂਗਰਸ ਤੇ ਆਪ ਇੱਕ ਪਾਸੇ ਹੈ ਤੇ ਪੰਜਾਬ 'ਚ ਵੀ ਇੱਕ ਪਾਸੇ ਹੈ ਇਸੇ ਨੂੰ ਲੈ ਕੇ ਚਰਚਾ ਮੰਨੀ ਤੇ ਇਸੇ ਨੂੰ ਲੈ ਕੇ ਕਾਂਗਰਸੀ ਲੀਡਰ ਕਹਿੰਦੇ ਸਾਡਾ ਕੋਈ ਗੱਠਜੋੜ ਨਹੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਕਹਿੰਦੇ ਜੀ ਕੋਈ ਗੱਠ ਜੋੜਨ ਦਾ ਨਹੀਂ ਤੈ ਹੋਇਆ ਕੋਈ ਇਹ ਫੈਸਲਾ ਨਹੀਂ ਹੋਇਆ ਕਿ 24 ਚ ਪੰਜਾਬ ਚ ਮਿਲ ਕੇ ਲੜਾਂਗੇ ਜੀ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਨੂੰ ਮਨਜ਼ੂਰ ਹੈ ਜੀ ਗੱਠ ਜੋੜੇ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਜੀ ਨਾ ਮੈਂ ਲੀਡਰਾਂ ਨਾਲ ਸਹਿਮਤ ਆ ਆਮ ਆਦਮੀ ਪਾਰਟੀ ਦੇ ਨਾ ਮੈਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨਾਲ ਸਹਿਮਤ ਹਾਂ ਨਾ ਮੈਂ ਉਹਨਾਂ ਦੀ ਪਾਰਟੀ ਦੇ ਨਾਲ ਸਹਿਮਤ ਹਾਂ ਇਸ ਲਈ ਕਹਿੰਦੇ ਜੀ ਇਹ ਗੱਠ ਜੋੜ ਦਾ ਮਤਲਬ ਹੀ ਨਹੀਂ ਨਾ ਕਾਂਗਰਸ ਨੇ ਕੀਤਾ ਤੇ ਨਾ ਮੈਂ ਇਹ ਗੱਠ ਜੋੜ ਦੇ ਹੱਕ ਚ ਪਰ ਇਹ ਸਾਰੇ ਵਰਤਾਰੇ ਦੇ ਦਰਮਿਆਨ ਸੁهيل ਜਾਖੜ ਕਹਿੰਦੇ ਜਿਹੜੇ ਨਵੇਂ-ਨਵੇਂ ਕਾਂਗਰਸ ਚੋਂ ਨਿਕਲ ਕੇ ਭਾਜਪਾ ਸ਼ਾਮਲ ਹੋਏ ਸੀ ਤੇ ਨਵੇਂ-ਨਵੇਂ ਪ੍ਰਧਾਨ ਬਣੇ ਨੇ ਉਹ ਕਹਿੰਦੇ ਹੁਣ ਕੀ ਪੰਜਾਬ ਦੀ ਕਾਂਗਰਸ ਨੂੰ ਅਸੀਂ ਸਰਕਾਰੀ ਕਾਂਗਰਸ ਕਹੀਏ ਕਿਉਂਕਿ ਇੱਕ ਗੱਠਜੋੜ ਦਾ ਹਿੱਸਾ ਨੇ ਤਾਂ ਉਸ ਨਾਤੇ ਉਹਦਾ ਹਿੱਸਾ ਨੇ ਤੇ ਵਿਕਰਮ ਮਜੀਠੀਆ ਨੇ ਇਹ ਤੋਂ ਇੱਕ ਕਦਮ ਅੱਗੇ ਵਧ ਕੇ ਗੱਲ ਕੀਤੀ ਵਿਕਰਮ ਮਜੀਠੀਆ ਨੇ ਇਹ ਗੱਲ ਕਹੀ ਕਿ ਕਿਉਂ ਨਾ ਇਸ ਨੂੰ ਇਸ ਹਵਾਲੇ ਨਾਲ ਮੰਨਿਆ ਜਾਵੇ ਕਿ ਭਾਈ ਹੁਣ ਤਾਂ ਵਿਰੋਧੀ ਧਿਰ ਦੇ ਲੀਡਰ ਦੀ ਬਜਾਏ ਇਹ ਸਰਕਾਰ ਚ ਸ਼ਾਮਲ ਹੋ ਸਕਦੇ ਨਹੀਂ ਕਿਉਂਕਿ ਵਿਕਰਮ ਜੀਠੀਆ ਨੇ ਬਕਾਇਦਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਚਿੱਠੀ ਲਿਖੀ ਤੇ ਉਸ ਚਿੱਠੀ ਚ ਇਸ ਗੱਲ ਦਾ ਦਮ ਭਰਿਆ ਕਿ ਜੀ ਹੁਣ ਵਿਰੋਧੀ ਧਿਰ ਦੇ ਲੀਡਰਾਂ ਨੂੰ ਪੰਜਾਬ ਚ ਕਾਂਗਰਸ ਪਾਰਟੀ ਨੂੰ ਪਾਰਟੀ ਦੇ ਜਿੱਤੇ ਹੋਏ ਐਮਐਲਏ ਨੂੰ ਚਾਹੇ ਉਹਨਾਂ ਦੀ ਗਿਣਤੀ 18 ਹੈ ਕਿ ਉਹਨਾਂ ਨੂੰ ਜੀ ਸਰਕਾਰ ਵਾਲੇ ਪਾਸੇ ਬਿਠਾਓ ਕਿਉਂਕਿ ਇੱਕੋ ਗੱਠ ਜੋੜ ਹੈ ਤੇ ਕੀ ਇਹਦਾ ਮਤਲਬ ਇਹ ਹੋਣ ਜਾ ਰਿਹਾ ਹੈ ਚਰਚਾ ਮਤ ਇਥੋਂ ਤੱਕ ਨਿਕਲ ਕੇ ਆਈਆਂ ਕਿ ਜਨਾਬ ਇਹ ਦਿੱਲੀ ਢੇਡਾ ਲਾਇਆਏ ਨੇ ਖੜਗੇ ਸਭ ਕੋਲ ਗਏ ਸੀ ਕਿ ਹਾਂਜੀ ਸਾਨੂੰ ਸਰਕਾਰ ਚ ਪਰ ਸ਼ਾਮਲੇ ਕਰਾ ਦਿਓ ਤੇ ਦੂਏ ਪਾਸੇ ਕਹਿੰਦੇ ਕਿ ਪੰਜਾਬ ਕਾਂਗਰਸ ਸਹਿਮਤ ਨਹੀਂ ਆ ਇੱਕ ਪਾਸੇ ਕਹਿੰਦੇ ਕਿ ਜੇ ਇਹ ਗੱਠਜੋੜ ਹੋਣੇ ਜਾ ਰਿਹਾ ਫਿਰ ਸਰਕਾਰ ਸ਼ਾਮਲ ਕਰੋ ਇਹਦੀਆਂ ਚਰਚਾਵਾਂ ਨੇ ਪਰ ਇਹ ਚਰਚਾਵਾਂ ਦੇ ਦਰਮਿਆਨ ਅਕਾਲੀਆਂ ਦਾ ਵੀ ਇੱਕ ਮਸਲਾ ਸਾਹਮਣੇ ਆ ਰਿਹਾ ਉਹ ਸਾਹਮਣੇ ਆ ਰਿਹਾ ਜੀ ਕਹਿੰਦੇ ਜੀ ਕਿ ਸੁਨੀਲ ਜਾਖੜ ਕਹਿੰਦੇ ਨੇ ਅੱਜਕੱਲ੍ਹ ਕਹਿੰਦੇ ਜੀ ਕਿ ਅਕਾਲੀਆਂ ਦੇ ਕਾਰਨ ਕਿਸਾਨਾਂ ਨੂੰ ਦਿੱਲੀ ਜਾਣਾ ਪਿਆ ਨਹੀਂ ਤਾਂ ਦਿੱਲੀ ਜਾਂਦੀ ਹੀ ਨਾ ਕਮਾਲ ਹੈ ਜਨਾਬ ਇਹ ਨਵਾਂ ਪਹਿਲੂ ਲਿਆਇ ਹੋ ਗੱਡ ਕੇ ਸਿੰਘ ਆਖੜ ਕਹਿੰਦੇ ਕਿ ਬੀਜੇਪੀ ਦੇ ਲੀਡਰਾਂ ਨੂੰ ਕਿਸਾਨ ਲੀਡਰਾਂ ਨਾਲ ਗੱਲਬਾਤ ਕਰਨ ਤੋਂ ਸਿੱਧੀ ਗੱਲਬਾਤ ਕਰਨ ਤੋਂ ਜੇਕਰ ਕਿਸੇ ਨੇ ਰੋਕਿਆ ਸੀ ਤਾਂ ਅਕਾਲੀ ਦਲ ਨੇ ਰੋਕਿਆ ਸੀ ਚਲੋ ਹੋ ਸਕਦਾ ਜੀ ਸਿੰਘ ਆਖੜ ਨੂੰ ਕੋਈ ਖਬਰ ਮਿਲੀ ਹੋਣੀ ਕੋਈ ਜਾਣਕਾਰੀ ਮਿਲੀ ਹੋਣੀ ਕਿ ਹਾਂ ਜੀ ਕਹਿੰਦੇ ਬੀਜੇਪੀ ਤਾਂ ਚਾਹੁੰਦੀ ਸੀ ਕਿ ਅਸੀਂ ਕਿਸਾਨਾਂ ਨਾਲ ਸਿੱਧੀ ਗੱਲ ਕਰ ਲਈਏ ਪਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਜਦੋਂ ਮਸਲਾ ਖੜਾ ਹੋਇਆ ਤਾਂ ਅਕਾਲੀ ਦਲ ਨੇ ਕਿਹਾ ਕਿ ਨਹੀਂ ਜੇ ਤੁਸੀਂ ਡਾਇਰੈਕਟ ਗੱਲ ਨਹੀਂ ਕਰਨੀ ਅਸੀਂ ਗੱਲ ਕਰਾਂਗੇ ਸੋ ਇਸ ਹਵਾਲੇ ਨਾਲ ਜਦੋਂ ਚਰਚਾ ਚੱਲੀ ਕਿ ਹਾਂਜੀ ਉਹ ਗੱਲ ਕਰਨਗੇ ਤਦ ਕਹਿੰਦੇ ਮਸਲਾ ਪੇਚ ਪਸ ਗਿਆ ਤੇ ਕਹਿੰਦੇ ਜੀ ਬਾਅਦ ਚੋਂ ਬਾਅਦ ਚੋਂ ਜੀ ਕਹਿੰਦੇ ਫਿਰ ਅੰਦোলন ਦਿੱਲੀ ਚਲਾ ਗਿਆ ਇਸ ਲਈ ਨਹੀਂ ਲੋੜ ਨਹੀਂ ਸੀ ਕਿਸਾਨਾਂ ਨੂੰ ਦਿੱਲੀ ਜਾਣ ਦੀ ਜਨਾਬ ਜਾਖੜ ਸਾਹਿਬ ਜੇ ਗੱਲ ਇਹੀ ਸੀ ਕਿ ਅਕਾਲੀ ਦਲ ਨੇ ਸਿੱਧੀ ਗੱਲ ਕਰਨ ਤੋਂ ਰੋਕਿਆ ਬੀਜੇਪੀ ਵਾਲਿਆਂ ਨੂੰ ਡਾਇਰੈਕਟ ਕਸੰਦਰ ਮਿਲਣ ਤੋਂ ਰੁਕਿਆ ਤੇ ਫਿਰ ਦਿੱਲੀ ਜਾਣ ਤੋਂ ਬਾਅਦ ਤਾਂ ਸਿੱਧੀ ਗੱਲਬਾਤ ਹੁੰਦੀ ਸੀ ਵਿਗਿਆਨ ਭਵਨ ਦੇ ਵਿੱਚ 1 ਨਹੀਂ 2 ਨਹੀਂ 3 ਨਹੀਂ 4 ਨਹੀਂ 12 ਮੀਟਿੰਗਾਂ ਹੋਈਆਂ 12 ਮੀਟਿੰਗਾਂ ਸਿੱਧੀਆਂ ਹੋਈਆਂ ਉਹਦੇ ਵਿੱਚ ਨਰਿੰਦਰ ਤੋਮਰ ਬਕਾਇਦਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੋਂ ਸੁਨੇਹਾ ਲੈ ਕੇ ਆਉਂਦੇ ਸੀ ਇੱਥੋਂ ਤੱਕ ਕਿ ਅਮਿਤ ਸ਼ਾ ਦੇ ਘਰੋਂ ਨੋਟਿਸ ਲੈ ਕੇ ਆਉਂਦੇ ਸੀ ਚਲਦੀਆਂ ਅੰਦਰ ਮੀਟਿੰਗਾਂ ਦੌਰਾਨ ਕਿਸਾਨ ਜਥੇਬੰਦੀਆਂ ਦੇ ਮੀਟਿੰਗਾਂ ਦੇ ਦੌਰਾਨ ਉੱਠ ਕੇ ਐ ਅਮਿਤ ਸ਼ਾ ਨੂੰ ਫੋਨ ਕਰ ਲੈਂਦੇ ਸੀ ਨਿੰਦਰ ਤੋਮਰ ਸੋ ਇਹ ਸਾਰਾ ਵਰਤਾਰਾ ਸਾਹਮਣੇ ਆਉਂਦਾ ਰਿਹਾ ਤੇ ਫੇਰ ਇਹ ਗੱਲ ਕਿਵੇਂ ਹੋ ਸਕਦੀ ਹੈ ਕਿ ਤੁਸੀਂ ਕਹੋ ਕਿ ਹਾਂ ਜੀ ਡਾਇਰੈਕਟ ਗੱਲ ਨਹੀਂ ਸੋ ਜੇਕਰ ਇਹੀ ਸੀਗਾ ਕਿ ਇੱਥੇ ਦਾ ਮਸਲਾ ਬਗਾੜਿਆ ਤਾਂ ਉੱਥੇ ਹੱਲ ਕਰ ਲੈਂਦੇ ਜਨਾਬ ਇਹ ਗੱਲ 22 ਜਨਵਰੀ ਤੱਕ 12 ਮੀਟਿੰਗਾਂ ਨੇ ਨਰਿੰਦਰ ਤੋਮਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਜਿੱਚ ਸੋਮ ਪ੍ਰਕਾਸ਼ ਵੀ ਸ਼ਾਮਲ ਹੁੰਦੇ ਨੇ ਸਿੱਧੀ ਗੱਲ ਵਾਸ ਸੀ ਜੇ ਇਹੀ ਗੱਲ ਹੈ ਤਾਂ ਇਹਨਾਂ ਦੇ ਦਰਮਿਆਨ ਇੱਕ ਬੈਠਕ ਅਣਦਖਰਕ ਤੌਰ ਤੇ ਅਮਿਤ ਸ਼ਾਹ ਨਾਲ ਕੀਤੀ ਗਈ ਹੈ ਤੇ ਫਿਰ ਉਹਨਾਂ ਚ ਮਸਲਾ ਹੱਲ ਕਰ ਲੈਂਦੇ ਸੋ ਇਹ ਹੁਣ ਨਵੇਂ-ਨਵੇਂ ਫਾਰਮੂਲੇ ਇੱਕ ਪਾਸੇ ਪੰਜਾਬ ਦੀ ਕਾਂਗਰਸ ਦਾ ਮਸਲਾ ਇੱਕ ਪਾਸੇ ਪੰਜਾਬ ਦੇ ਅਕਾਲੀਆਂ ਦਾ ਮਸਲਾ ਦੋਵੇਂ ਪਾਸੇ ਵਿਚਾਲੇ ਆ ਵਿਵਾਦ ਤੇ ਇਸੇ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਆਪਣਾ ਕਹਿੰਦੇ ਜੀ ਨਵਾਂ ਚੈਨਲ ਲਿਆਈ ਬਿਲਕੁਲ ਜੀ ਇੱਕ ਨਵੀਂ ਪਹਿਲ ਕਦਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਕੀਤੀ ਗਈ ਕਿ ਆਪਣਾ ਚੈਨਲ ਜਿਹੜਾ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਸਿੱਧਾ ਕਰੇਗਾ ਉਹ YouTube ਚੈਨਲ ਲਿਆਂਦਾ ਪਰ ਉਹਦੇ ਨਾਲ ਨਾਲ ਉਹ ਕਹਿੰਦੇ ਜੀ ਪੀਟੀਸੀ ਤੇ ਵੀ ਉਸੇ ਤਰ੍ਹਾਂ ਪਹਿਲਾ ਮੰਗ ਗੁਰਬਾਣੀ ਆਉਂਦੀ ਰਹੇਗੀ ਕਿਉਂਕਿ ਉਹਦਾ ਪਹਿਲੂ ਇਹ ਮੰਨਿਆ ਜਾ ਰਿਹਾ ਕਿ ਜਦੋਂ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਆਪਣਾ ਸੈਟਲਾਈਟ ਚੈਨਲ ਨਹੀਂ ਲਾ ਲੈਂਦੀ ਤਦ ਤੱਕ ਗੁਰਬਾਣੀ ਦਾ ਪ੍ਰਸਾਰਨ ਪ੍ਰਚਾਰ ਪ੍ਰਸਾਰ ਇਸੇ ਤਰ੍ਹਾਂ ਪਹਿਲਾ ਮੰਗ ਉਸੇ ਚੈਨਲ ਤੇ ਚੱਲਦਾ ਰਹੇਗਾ ਤਾਂ ਕਿ ਲੋਕਾਂ ਨੂੰ ਸੰਗਤਾਂ ਨੂੰ ਆਵਾਮ ਨੂੰ ਨਾਨਕ ਨਾਮਲੇਵਾ ਸੰਗਤ ਨੂੰ ਐਨਾ ਗੁਰੂਗੰਗ ਸਾਹਿਬ ਚ ਸਤਿ ਸ਼ੰਗਸ਼ੀ ਦਰਵਾਜ਼ਾ ਸਾਹਿਬ ਚ ਸ਼ਰਧਾ ਰੱਖਣ ਵਾਲੀ ਤੇਰਾਂ ਨੂੰ ਕੋਈ ਦਿੱਕਤ ਨਾ ਹੋਵੇ ਬਿਲਕੁਲ ਘਰਾਂ ਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਈਆਂ ਨੂੰ ਤਾਂ ਮਤਲਬ ਰਿਮੋਟ ਤੋਂ ਦੋ ਬਟਨ ਹੀ ਪਤਾ ਨਹੀਂ ਕਿਹਾ ਦੱਬਣਿਆ ਤੇ ਉਹ ਚੈਨਲ ਲੱਗ ਜਣਾ ਜਿੱਥੇ ਗੁਰਬਾਣੀ ਆਉਂਦੀ ਆ ਇਸ ਲਈ ਕਹਿੰਦੇ ਸ਼ਰੋਮਣੀ ਕਮੇਟੀ ਨੇ ਤੈਅ ਕੀਤਾ ਕਿ ਜਦੋਂ ਤੱਕ ਸੈਟਲਾਈਟ ਚੈਨਲ ਨਹੀਂ ਚੱਲਦਾ ਤਦ ਤੱਕ ਅਸੀਂ ਇਸ ਗੱਲ ਦੇ ਉੱਤੇ ਕੰਮ ਰਵਾਂਗੇ ਕਿ ਭਾਈ ਇਸੇ ਚੈਨਲ ਤੇ ਚੱਲਦਾ ਰਹੇ ਕਹਿੰਦੀ ਰਗਵੀਰ ਸਿੰਘ ਨੇ ਕਿਹਾ ਪਰ ਜਨਾਬ ਤੁਸੀਂ ਜਦੋਂ YouTube ਚੈਨਲ ਲਿਆਉਣਾ ਸੀ ਤਾਂ ਤੁਸੀਂ ਕਿਹਾ ਕਿ ਜੀ 23 ਤਰੀਕ ਨੂੰ ਸਮਝੌਤਾ ਖਤਮ ਹੈ 24 ਤੋਂ YouTube ਚੈਨਲ ਹੁਣ ਕੀ ਸੈਟੇਲਾਈਟ ਚੈਨਲ ਦੀ ਕੋਈ ਡੈਡਲਾਈਨ ਦੇ ਸਕਦੇ ਹੋ ਹਾਂ ਇਹ ਠੀਕ ਹੈ ਕਿ ਇਸ ਮਸਲੇ ਲਈ ਮਨਜ਼ੂਰੀ ਲੈਣੀ ਹੈ ਸੈਂ ਸਾਰਾ ਸੈਟਅਪ ਲਾਉਣਾ ਹੈ ਐ ਖਾਸੀਆਂ ਰਿਪੋਰਟਾਂ ਤਿਆਰ ਹੋ ਕੇ ਕਾਗਜ਼ੀ ਕਾਰਵਾਈ ਬਹੁਤ ਵੱਡੀ ਹੁੰਦੀ ਹੈ ਤੇ ਇਹਦੇ ਲਈ ਪਤਾ ਲੱਗ ਰਿਹਾ ਸ਼੍ਰੋਣੀ ਕਮੇਟੀ ਨੇ ਬਕਾਇਦਾ ਭਾਰਤ ਦੇ ਪ੍ਰਸਾਰਣ ਮੰਤਰਾਲੇ ਨਾਲ ਰਾਬਤਾ ਕੀਤਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਇਹ ਰਾਹ ਕੱਢੀਏ ਤਾਂ ਕਿ ਇਹਦੇ ਵਿੱਚੋਂ ਹੱਲ ਨਿਕਲ ਸਕੇ ਕਿ ਅਸੀਂ ਇਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਸੋ ਉਹਦੀ ਵੀ ਤਿਆਰੀ ਹੈ ਜੀ ਉਦੀ ਕਵਾਇਦ ਵੀ ਚੱਲ ਰਹੀ ਹੈ ਕਿ ਤਾਂਕਿ ਇਸ ਸਵਾਲੇ ਨਾਲ ਇਹ ਹੋ ਸਕੇ ਚਲੋ ਠੀਕ ਹੈ ਜੀ ਇਹ ਰਾਹ ਖੁੱਲ ਜਾਂਦਾ ਤੇ ਦੂਸਰੇ ਪਾਸੇ ਕੀ ਪੰਜਾਬ ਸਰਕਾਰ ਫੇਰ ਕੋਈ ਨਵਾਂ ਫਾਨਾ ਲੈ ਕੇ ਆਏਗੀ ਫੇਰ ਕੋਈ ਨਵਾਂ ਮਸਲਾ ਖੜਾ ਕਰੇਗੀ ਕਿਉਂਕਿ ਮਸਲਾ ਨਿਬੜਿਆ ਨਹੀਂ ਹੈ ਜਿਸ ਪ੍ਰਾਈਵੇਟ ਚੈਨਲ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਜੇ ਉਹਨੂੰ ਦੇ ਸਕਦੇ ਹੋ ਤਾਂ ਸਾਰਿਆਂ ਨੂੰ ਕਿਉਂ ਨਹੀਂ ਤਾਂ ਫਿਰ ਹੁਣ ਤਾਂ ਫੇਰ ਉਸੇ ਹੁੰਦੇ ਤਾਂ ਜਦੋਂ ਕਿ ਉਹਦੇ ਤੱਕ ਸਮਝੌਤਾ ਵੀ ਖਤਮ ਹੋ ਰਿਹਾ ਸੀ 23 ਤਰੀਕ ਨੂੰ YouTube ਚੈਨਲ ਸ਼ੁਰੂ ਕਰਨ ਦੇ ਲਈ ਅਰਦਾਸ ਕੀਤੀ ਗਿਰਦਾਸ ਕਰਕੇ ਹ ਉਹਦਾ ਪ੍ਰਸਾਰਣ ਸ਼ੁਰੂ ਕਰ ਦਿੱਤਾ ਗਿਆ ਸੋ ਇਹ ਪ੍ਰਸਾਰਣ ਜਾਰੀ ਹੋ ਗਿਆ ਜੀ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ ਵੀ ਤੇ ਲਗਾਤਾਰ ਉਹ ਚੱਲੇਗਾ ਪਰ ਆ ਜਿਹੜਾ ਆਇਆ ਕਿ ਦੁਬਾਰਾ ਉਸੇ ਇੱਕ ਚੈਨਲ ਦੇ ਉੱਤੇ ਚੱਲਦਾ ਰਹੇਗੀ ਗੁਰਬਾਣੀ ਦਾ ਪ੍ਰਸਾਰਣ ਉਹਨੂੰ ਲੈ ਕੇ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਫਿਰ ਕਿਸੇ ਹਿੱਲੇ ਵਸਲੇ ਦੇ ਸਾਹਮਣੇ ਆਉਣਗੇ ਇਹ ਪਹਿਲੂ ਵੀ ਚੁਣੌਤੀ ਬਣਿਆ ਸੋ ਇਹ ਸਾਰਿਆਂ ਦੇ ਦਰਮਿਆਨ ਚਰਚਾ ਸਾਰਿਆਂ ਤੋਂ ਬਾਅਦ ਕਾਂਗਰਸ ਦੇ ਉਸ ਫੈਸਲੇ ਦਿੱਇਆ ਜਿਹੜਾ ਐਨਡੀ ਇੰਡੀਆ ਚ ਸ਼ਾਮਲ ਹੋਣ ਵਾਲਾ ਆਮ ਆਦਮੀ ਪਾਰਟੀ ਦਾ ਫੈਸਲਾ ਤੇ ਉਹਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ ਦੇ ਵਿੱਚ ਕਿ ਉਹਨਸੀਂ ਕਿਹੜੇ ਮੂਨ ਨਾਲ ਵਿਰੋਧੀ ਧਿਰ ਦੀ ਭੂਮਿਕਾ ਚੋਵਾਂਗੇ ਕਿਹੜੇ ਮੂਨ ਨਾਲ ਵਿਰੋਧ ਪ੍ਰਗਟਾਵਾਂਗੇ ਕਿਹੜੇ ਸਵਾਲਾਂ ਤੇ ਉਂਗਲ ਰੱਖਾਂਗੇ ਸੋ ਜਦੋਂ ਕਿ ਸਾਡੀਆਂ ਹਾਈ ਕਮਾਂਡ ਨੇ ਤਾਂ ਆਪਸ ਵਿੱਚ ਸਮਝੌਤਾ ਕਰ ਲਿਆ ਸੋ ਇਸ ਲਈ ਇਹ ਚਰਚਾ ਹੈ ਕਿ ਭਾਈ ਇਹਨਾਂ ਦਾ ਗੱਠਜੋੜ ਹੋ ਗਿਆ ਤੇ ਹੁਣੇ ਸਰਕਾਰ ਵਾਲੇ ਪਾਸੇ ਬੈਠਣ ਮਜੀਠੀ ਨੇ ਚਿੱਠੀ ਲਿਖੀ ਆ ਸੋ ਇਸ ਲਈ ਮੰਨਿਆ ਤਾਂ ਇਹ ਵੀ ਜਾਂਦਾ ਕਿ ਅਕਾਲੀ ਦਲ ਇਹ ਸੋਚਦਾ ਹੋਊਗਾ ਕਿ ਸਾਡਾ ਵੀ ਗੱਲ ਨੂੰ ਬੀਜੇਪੀ ਨਾਲ ਚਲੋ ਤਾਂ ਅਸੀਂ ਵੀ ਤਿੰਨ ਅਸੀਂ ਹੈਗੇ ਆ ਦੋ ਹੈਗੇ ਨੇ ਇੱਕ ਬਸਪਾਲੇ ਹੈਗੇ ਨੇ ਸੋ ਅਸੀਂ ਮਿਲਾ ਕੇ 6 ਹੋ ਜਾਾਂਗੇ ਸ਼ਾਇਦ ਸਾਡੇ ਚੋਂ ਕਿਸੇ ਨੂੰ ਬੋਦੀ ਤਰਦਾਉ ਦਾ ਮਿਲ ਜਾਵੇ ਤੇ ਉਹ ਵਿਕਰਮਜੀਠੀਆ ਦੀ ਧਰਮ ਪਤਨੀ ਵੀ ਐਮਐਲਏ ਸੀ ਇਸ ਲਈ ਅਗਲੇ ਕਹਿੰਦੇ ਸ਼ਾਇਦ ਉੱਥੇ ਵੀ ਗੱਲ ਬਣ ਜਵੇ ਸੋ ਇਹ ਸਾਰੇ ਵਰਤਾਰਿਆਂ ਦੇ ਵਿਚਾਲੇ ਇੱਕ ਮੀਂਹ ਨੂੰ ਲੈ ਕੇ ਵੀ ਫਿਕਰਮੰਦੀ ਵਾਲੀ ਖਬਰ ਫੇਰ ਆਈ ਹੈ ਜੀ ਜੀ ਹਾਂ ਬੇਸ਼ੱਕ ਅੱਜ ਪੰਜਾਬ 'ਚ ਮੀਂਹ ਨਹੀਂ ਦੱਸਿਆ ਜਾ ਰਿਹਾ ਪਰ ਅਗਲੇ 2 ਦਿਨ ਖਾਸ ਕਰਕੇ ਬੁੱਧ ਵੀਰਵਾਰ ਬੇਸ਼ੱਕ ਹੈਗਾ ਫਿਕਰਬੰਦੀ ਕਿ ਮੰਗਲਵਾਰ ਨੂੰ ਵੀ ਕੁਝ ਮੌਸਮ ਹੈ ਪਰ ਬੁੱਧ ਵੀਰਵਾਰ ਦੇ ਮੌਸਮ ਵਿਭਾਗ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਭਾਰੀ ਮੀਂਹ ਪੈਣ ਦਾ ਖਤਰਾ ਖੜਾ ਹੈ ਤੇ ਬੇਸ਼ੱਕ ਅਜੇ ਵੀ ਪੂਰੀ ਤਰ੍ਹਾਂ ਪੰਜਾਬ ਇਤੋਂ ਮੁਕਤ ਨਹੀਂ ਹੋਇਆ ਕਗਰ ਦੀ ਮਾਰ ਹੈਗੀ ਹੈ ਸਤਲੁਜ ਦੀ ਮਾਰ ਹੈਗੀ ਹੈ ਉੱਪਰ ਰੁਕ ਰੁਕ ਕੇ ਪਹਾੜਾਂ ਚ ਹਿਮਾਚਲ ਚ ਮੀਂਹ ਪੈ ਰਿਹਾ ਜਿਹਦੇ ਕਾਰਨ ਸਤਲੁਜ ਦੀ ਮਾਰ ਵੀ ਹੈਗਾ ਇਤੋਂ ਤੱਕ ਕਿ ਅੰਮ੍ਰਿਤਸਰ ਦੇ ਖੇਤਰ ਚ ਵੀ ਪਾਣੀ ਭਰਨ ਦੀਆਂ ਖਬਰਾਂ ਆ ਰਹੀਆਂ ਉਧਰ ਜਮਨਾ ਕੰਦੀ ਜੀ ਫੇਰ ਉਫਾਨ ਤੇ ਹੈ ਤੇ ਉਹਦੇ ਨਾਲ ਦਿੱਲੀ ਫੇਰ ਖਤਰੇ ਚ ਤੇ ਜਮਨਾ ਖਤਰੇ ਦੇ ਨਿਸ਼ਾਨਦ ਉੱਪਰ ਵਗ ਰਹੀ ਹੈ ਅਦਰ ਕ ਘਰੇ ਨਹੀਂ ਸੂਤਾ ਹੁੰਦਾ ਇਹ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਚੱਲ ਰਹੀ ਹੈ ਕੁਝ ਦਿਨ ਪਹਿਲਾਂ ਦੀ ਉਹ ਕਹਿੰਦੇ ਸੀ ਕਿ ਪਿਛਲੀ ਵਾਰ ਵੀ ਘਰ ਨੇ ਮਾਰ ਨਹੀਂ ਕੀਤੀ ਐਤ ਕੀ ਵੀ ਨਹੀਂ ਕੀਤੀ ਕਰੂਗੀ ਕਿਉਂਕਿ ਨੀਅਤ ਨਹੀਂ ਸੀ ਪਹਿਲਾਂ ਦੀ ਸਾਡੀ ਨੀਅਤ ਹੈ ਅਸੀਂ ਸਾਰੇ ਪ੍ਰਬੰਧ ਕੀਤੇ ਨੇ ਤੇ ਪ੍ਰਬੰਧ ਸਾਹਮਣੇ ਆ ਗਏ ਜਦੋਂ ਪਾਣੀ ਨੇ ਮੜਾ ਜਿਹਾ ਜ਼ੋਰ ਮਾਰਿਆ ਤੇ ਪ੍ਰਬੰਧ ਸਾਰੇ ਖੋਖਲੇ ਸਾਬਤ ਹੋਏ ਪਰ ਉਹਦੇ باوجود ਵੀ ਸਰਕਾਰ ਵੀ ਪ੍ਰਸ਼ਾਸਨ ਵੀ ਸ਼੍ਰੋਮਣੀ ਕਮੇਟੀ ਵੀ ਸਮਾਜਿਕ ਧਰਾਂ ਵੀ ਖਾਲਸਾ ਐਡ ਵੀ ਇਹਨਾਂ ਉਹ ਸਾਰੇ ਧਾਰਮਿਕ ਸਮਾਜਿਕ ਸੰਗਠਨ ਵੀ ਆਪ ਮਾਰੇ ਯੋਗਦਾਨ ਪਾ ਰਹੇ ਨੇ ਪਰ ਇੱਕ ਵਾਰ ਫੇਰ ਆ ਦੋ ਦਿਨਾਂ ਦੇ ਮੀਂਹ ਨੇ ਇੱਕ ਨਵੀਂ ਫਿਕਰਮੰਦੀ ਪੈਦਾ ਕੀਤੀ ਹੈ ਜੀ ਕਿ ਪੰਜਾਬ ਦੇ ਵਿੱਚ ਬੁੱਧ ਤੇ ਵੀਰਵਾਰ ਨੂੰ ਭਾਰੀ ਮੀਂਹ ਦੇ ਅਸਰ ਨੇ ਔਰ ਪੂਰੇ ਪੰਜਾਬ 'ਚ ਮੀਂਹ ਦੇ ਅਸਰ ਨੇ ਇਸ ਦੇ ਨਾਲ ਇੱਕ ਵਾਰ ਫੇਰ ਹੜ ਦਾ ਖਤਰਾ ਖੜਾ ਬੇਸ਼ੱਕ ਡੈਮਾਂ ਦੇ ਵਿੱਚ ਅਜੇ ਕਹਿੰਦੇ ਜੀ ਖਾਸਾ ਜਗ੍ਹਾ ਹੈਗੀ ਆ ਅਜੇ ਪਾਣੀ ਹੋਵੇ ਹੁਣ ਨਹੀਂ ਛੱਡਿਆ ਜਾਊਗਾ ਮੁੱਖ ਮੰਤਰੀ ਸਾਹਿਬ ਵੀ ਪਾਕਰਾ ਨੇਮ ਦਾ ਦੌਰਾ ਕਰਕੇ ਆਏ ਨੇ ਸੋ ਪਰ ਇਹ ਦੌਰੇ ਨਾਲ ਚੈੱਕ ਥੋੜਾ ਹੋ ਜਾਣਾ ਜਨਾਬ ਇਹ ਤੋਂ ਪੁੱਛ ਕੇ ਵੀ ਸਰ ਸਕਦਾ ਸੀ ਹਾਂ ਜਿਹੜੇ ਪ੍ਰਬੰਧਾਂ ਦੀ ਲੋੜ ਸੀ ਉਹ ਪ੍ਰਬੰਧਾਂ ਤੇ ਗੌਰ ਕਰਨੀ ਸੀ ਜੀਚ ਦੇਰੀ ਹੋਈ ਹੈ ਚਲੋ ਇੱਕ ਫਿਕਰਮੰਦੀ ਤਾਂ ਇਹ ਵੀ ਹੈ ਕਿ ਭਾਰਤ ਵਿਸ਼ਵ ਗੁਰੂ ਦੀ ਗਲਤੀ ਕਰਦਾ ਕਿ ਅਸੀਂ ਸਿੱਖਿਆ ਦੇ ਤੰਤਰ ਚ ਦੁਨੀਆ ਚ ਕਿਤੇ ਖੜਦੇ ਵੀ ਹਾਂ ਮੈਂ ਅੱਜ ਯੂਨੀਵਰਸਿਟੀਆਂ ਦੀ ਗੱਲ ਨਹੀਂ ਕਰਾਂਗਾ ਮੈਂ ਅੱਜ ਕਾਲਜਾਂ ਦੀ ਗੱਲ ਨਹੀਂ ਕਰਾਂਗਾ ਮੈਂ ਸਿਰਫ ਸ਼ਹਿਰਾਂ ਦੀ ਗੱਲ ਕਰਾਂਗਾ ਜੀ ਹਾਂ ਦੁਨੀਆ ਦੇ ਵਿੱਚ ਲੰਡਨ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਸਿੱਖਿਆ ਦੇ ਪੱਖੋਂ ਦੁਨੀਆ ਪਰਦੇਸ਼ਾਂ ਚੋਂ ਨੰਬਰ 1 ਹੈ ਉਰੇ ਪਹਿਲੀ ਵਾਰ ਨਹੀਂ ਹੈ ਪਿਛਲੇ 5 ਸਾਲਾਂ ਤੋਂ ਲਗਾਤਾਰ ਲੰਡਨ ਵਰਗਾ ਸ਼ਹਿਰ ਦੁਨੀਆ ਪਰਦੇ ਪੜ੍ਹਾਈ ਦੇ ਖੇਤਰ ਚ ਨਾਮੀ ਗ੍ਰਾਮੀ ਸ਼ਹਿਰਾਂ ਚੋਂ ਨੰਬਰ 1 ਤੇ ਹੈ ਲਗਾਤਾਰ 5 ਸਾਲਾਂ ਤੋਂ ਤੇ ਪਰ ਭਾਰਤ ਦਾ ਇੱਕ ਵੀ ਸ਼ਹਿਰ ਦੁਨੀਆ ਦੇ 100 ਸ਼ਹਿਰਾਂ ਦੇ ਵਿੱਚ ਸ਼ਾਮਲ ਨਹੀਂ ਹੈ ਜਿਹਆਂ ਚ ਜਿਹੜੇ ਸਿੱਖਿਆ ਦੇ ਵਿੱਚ ਮੋਹਰੀ ਹੋਣ ਮਤਲਬ ਦੁਨੀਆ ਦੇ ਜਿਹੜੇ 100 ਸ਼ਹਿਰ ਨੇ ਜਿੱਥੇ ਚੰਗਾ ਸਿੱਖਿਆ ਦਾ ਮਾਹੌਲ ਹੈ ਮਿਆਰੀ ਸਿੱਖਿਆ ਦਾ ਮਾਹੌਲ ਹੈ ਹੈਨਾ ਉਹਨਾਂ ਦੇ ਵਿੱਚ 100 ਸ਼ਹਿਰਾਂ ਦੇ ਵਿੱਚ ਵੀ ਇੱਕ ਵੀ ਸ਼ਹਿਰ ਭਾਰਤ ਦਾ ਸ਼ਾਮਲ ਨਹੀਂ ਹੈ ਸੋ ਇਹ ਚਲੋ ਇੱਕ ਤੱਥ ਹੈ ਕੁਝ ਰਿਪੋਰਟ ਹੈ ਮੈਂ ਤੁਹਾਡੇ ਸਾਹਮਣੇ ਰੱਖਦਾ ਕਹਿੰਦੇ ਜੀ ਪੜ੍ਹਾਈ ਦੇ ਲਈ ਲੰਡਨ ਨੰਬਰ 1 ਸ਼ਹਿਰ ਮੰਨਿਆ ਜਾਂਦਾ ਹੈ ਦੁਨੀਆ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਜੇਕਰ ਪੜ੍ਹਾਈ ਨਾਮਕ ਜਿੱਤੇ ਪੜਾਈ ਦਾ ਮਾਹੌਲ ਹੈ ਉਹਨਾਂ ਸ਼ਹਿਰਾਂ ਦੀ ਸੂਚੀ ਜੇਕਰ ਦੇਖੀ ਜਾਵੇ ਇੱਕ ਸਰਵੇ ਰਿਪੋਰਟ ਦੇ ਵਾਲਿਆਂ ਨੇ ਕਯੂਐਸ ਜਿਹੜਾ ਸਰਵੇ ਵਿਦਿਆਰਥੀਆਂ ਦੇ ਵਾਲਿਆਂ ਸਾਹਮਣੇ ਆਉਂਦਾ ਉਹਦੇ ਵਿੱਚ ਲਗਾਤਾਰ 5ਵੀਂ ਵਾਰ ਲੰਡਨ ਨੰਬਰ 1 ਸ਼ਹਿਰ ਬਣ ਕੇ ਉੱਭਰਿਆ ਨੰਬਰ 2 ਤੇ ਟੋਕੀਓ ਸ਼ਹਿਰ ਹੈ ਜਿਹੜਾ ਪੜਾਈ ਦੇ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ ਨੰਬਰ 3 ਤੇ ਸਿਓਲ ਸ਼ਹਿਰ ਹੈ ਨੰਬਰ 4 ਤੇ ਮੈਲਵਰਨਾ ਹੈ ਫਿਰ ਮਿਊਨਿਕ ਹੈ ਸੋ ਇਹ ਪੰਜ ਸ਼ਹਿਰ ਦੁਨੀਆ ਭਰ ਦੇ ਵਿੱਚ ਮੋਹਰੀ ਨੇ ਪਰ ਇਹ ਤੋਂ ਬਾਅਦ ਜਦੋਂ ਅਸੀਂ 50 ਦੀ ਗੱਲ ਕਰੀਏ ਜਾਂ 100 ਦੀ ਗੱਲ ਕਰੀਏ ਉਹਨਾਂ 100 ਸ਼ਹਿਰਾਂ ਤੱਕ ਦੁਨੀਆ ਪਰ ਦੇ ਪੜ੍ਹਾਈ ਦੇ ਪੱਖੋਂ ਨੰਬਰ 1 100 ਸ਼ਹਿਰਾਂ ਦੇ ਵਿੱਚ ਭਾਰਤ ਦਾ ਇੱਕ ਵੀ ਸ਼ਹਿਰ ਨਹੀਂ ਹੈ ਵੈਸੇ ਹੈਗੀ ਹੈ ਗਣਤੀ ਐਵੇਂ ਨਹੀਂਗਾ 100 ਤੋਂ ਖਾਸੇ ਥੱਲੇ ਜਾ ਕੇ ਜੇਕਰ ਆਪਾਂ ਦੇਖੀਏ 118ਵੇਂ ਨੰਬਰ ਤੇ ਜਾ ਕੇ ਮੁੰਬਈ ਲੱਭਦਾ ਤੇ 132ਵੇਂ ਨੰਬਰ ਤੇ ਦਿੱਲੀ ਹੈ ਤੇ 147ਵੇਂ ਨੰਬਰ ਤੇ ਬੰਗਲੌਰੂ ਹੈ ਤੇ 155ਵੇਂ ਨੰਬਰ ਤੇ ਚੇਨਈ ਹੈ ਪਿਛਲੇ ਸਾਲ ਨਾਲੋਂ ਇਹ ਸ਼ਹਿਰ ਹੋਰ ਥੱਲੇ ਚਲੇਗੇ ਮੁੰਬਈ ਪਿਛਲੀ ਵਾਰ 103 ਨੰਬਰ ਤੇ ਸੀ 15 ਮਿਆਰ ਹੋਰ ਡਿੱਕੇ 118ਵੇਂ ਨੰਬਰ ਤੇ ਆ ਗਿਆ ਮੁੰਬਈ ਪੜਾਈ ਦੇ ਖੇਤਰ ਚ ਉਸ ਸ਼ਹਿਰ ਪੱਖੋਂ ਦੁਨੀਆ ਪਰਦੇ ਚ ਦਿੱਲੀ ਪਿਛਲੀ ਵਾਰ 129ਵੇਂ ਨੰਬਰ ਤੇ ਸੀ 3132ਵੇਂ ਤੇ ਚਲੇਗਾ 3 ਮਿਆਰ ਠੀਕ ਆ ਪਰ ਦਿੱਲੀ ਤੋਂ ਵੀ ਉੱਪਰ ਸੀ ਬੰਗਲੌਰੂ ਤੇ ਚੇਨਈ ਪਿਛਲੀ ਵਾਰ ਵੀ ਪਿਛਲੀ ਵਾਰ ਬੰਗਲੌਰੂ 114ਵੇਂ ਨੰਬਰ ਤੇ ਸੀ ਇਸ ਵਾਰ 147ਵੇਂ ਨੰਬਰ ਤੇ ਆ ਚੇਨਈ ਪਿਛਲੀ ਵਾਰ 125ਵੇਂ ਨੰਬਰ ਤੇ ਸੀ ਐਕਤੀ 154 ਨੰਬਰ ਤੇ ਆ ਪਿਛਲੀ ਵਾਰ ਇਹ ਦੋਵੇਂ ਦਿੱਲੀ ਤੋਂ ਉੱਪਰ ਸੀ ਦਿੱਲੀ ਦਾ 129ਵਾਂ ਨੰਬਰ ਸੀ ਪਰ ਐਕਤੀ ਦਿੱਲੀ 132ਵੇਂ ਤੇ ਆ ਬੇਸ਼ੱਕ ਤਿੰਨ ਪਾਇਦਾਨ ਦਿੱਲੀ ਵੀ ਡਿਗੀ ਪੜ੍ਹਾਈ ਦੇ ਖੇਤਰ ਚ ਪਰ ਤਾਂ ਵੀ ਬੰਗਲੌਰੂ ਤੇ ਚੇਨਈ ਤਾਂ 33 ਤੇ 28 ਡਿਗੇ ਬੰਗਲੌਰੂ 114 ਤੋਂ 147 ਤੇ ਗਿਆ ਸੋ ਇਸ ਹਿਸਾਬ ਨਾਲ 114 ਤੋਂ 147 33 ਅੰਕ ਥੱਲੇ ਡਿਗਣਾ ਤੇ ਚੇਨਈ 125ਾਂ ਤੋਂ 154 ਤੇ ਗਿਆ 29 ਅੰਕ ਸੋ ਜੀ ਅਸੀਂ ਗੱਲਾਂ ਕਰਦੇ ਆਂ ਵਿਸ਼ੂ ਗੁਰੂ ਦੀਆਂ ਸੋ ਸਰਕਾਰਾਂ ਇਸ ਗੱਲ ਤੇ ਗੌਰ ਕਰਨ ਕੀ ਅਸੀਂ ਸਿੱਖਿਆ ਨੀਤੀ ਤੇ ਸਿੱਖਿਆ ਦਾ ਮਿਆਰ ਕੀ ਸਕੂਲੀ ਪੱਧਰ ਕੀ ਅਧਿਆਪਕਾਂ ਦੇ ਉਹ ਮਸਲੇ ਹੱਲ ਕਰ ਸਕੀਆਂ ਚਾਹੇ ਸੂਬਿਆਂ ਦੀਆਂ ਸਰਕਾਰਾਂ ਦੇ ਪੱਧਰ ਤੇ ਹੋਵੇ ਚਾਹੇ ਕੇਂਦਰ ਸਰਕਾਰ ਦੇ ਵਾਲਿਆਂ ਨਾਲ ਹੋਵੇ ਸੋ ਜਿੱਦਾ ਆ ਤਸਵੀਰ ਇੱਕ ਫਿਕਰਬੰਦੀ ਵਾਲੀ ਆ ਕਿ ਭਾਈ ਇਸ਼ਤਿਹਾਰਾਂ ਦੇ ਵਿੱਚ ਕੁਝ ਹੋਵੇ ਐਲਾਨਾਂ ਚ ਕੁਝ ਹੋਵੇ ਲੀਡਰਾਂ ਦੇ ਬਿਆਨਾਂ ਚ ਕੁਝ ਹੋਵੇ ਹਕੀਕਤ ਇਹ ਆ ਕਿ ਦੁਨੀਆ ਦੇ ਪੜ੍ਹਾਈ ਦੇ ਪੱਖੋਂ ਪਹਿਲੇ 100 ਸ਼ਹਿਰਾਂ ਦੇ ਵਿੱਚ ਪੜਾਏ ਦਾ ਇੱਕ ਵਿਸ਼ੇਰ ਸ਼ਾਮਲ ਲਈਆਂ ਸੋ ਇਸੇ ਫਿਕਰਮੰਦੀ ਚ ਕੁਝ ਖਬਰਾਂ ਲੈ ਕੇ ਹਾਜ਼ਰ ਸੀ ਤੁਸੀਂ ਵੇਖਦੇ ਹੋ ਰੋਲ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਦੇ